इस वेले दी वड्डी खबर सामने आ रही है संगरूर तो, जिथे कि भाजपा महिला मोर्चा दी युवा नेता मीना खोखर दी कल देर रात मौत हो गई। मीना खोखर पंजाब दे जिला संगरूर दे भाजपा महिला मोर्चा दी जिला अध्यक्ष दे मौत दे कारण दा हले तक पता नहीं चल सकिया, पर उत्थे ही मौजूद डॉक्टर दे अनुसार उन्हां ने कोई जहरीली चीज निकली हुई सी, अते जिस दे चलदे कि उन्हां नूं पटियाला रेफर कर दिता गया सी ते उत्थे उन्हां दी मौत हो गई, ते जिस दे चलदे उस तों बाद पुलिस उन्हां डेड बॉडी नूं लेके संगरूर हॉस्पिटल आई सी। मौके ते पुजी पुलिस जांच कर रही है कि आखिरकार मौत दी वजह की रही है। उत्थे ही डॉक्टरां दा एक मेडिकल बोर्ड बना के पोस्टमार्टम करवाया जाएगा। ਪੰਦੀਪ ਸਿੰਘ ਦੇਵਲਾ ਜੀ, ਮੈਂ ਜ਼ਿਲ੍ਹਾ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ ਸੰਗਰੂਰ। ਸਰ, ਸੰਗਰੂਰ ਦੇ ਮਹਿਲਾ ਜਿਹੜੇ ਵਿੰਗ ਦੇ ਪ੍ਰਧਾਨ ਨੇ ਮੀਨਾ ਕੁੱਕਰ ਜੀ, ਉਹਨਾਂ ਦੀ ਡੈਥ ਹੋਈ ਹੈ, ਕੀ ਕਹੋਗੇ? ਦੇਖੋ, ਬੜੀ ਦੁੱਖ ਦੀ ਗੱਲ ਹੈ, ਬਹੁਤ ਜ਼ਿਆਦਾ ਹਾਨੀ ਹੋਈ ਹੈ ਸਾਡੀ ਪਾਰਟੀ ਦੀ, ਕਿਉਂਕਿ ਬਹੁਤ ਜੁਝਾਰੂ ਵਰਕਰ ਸੀ ਅਤੇ ਪਾਰਟੀ ਪ੍ਰਤੀ ਇੰਨੇ ਤਤਪਰ ਰਹਿੰਦੇ ਸੀ ਕਿ ਬਹੁਤ ਸਾਰੇ ਕਾਰਜਕ੍ਰਮ ਮਹਿਲਾਵਾਂ ਨੂੰ ਜੋੜਨ ਦਾ, ਕਿਉਂਕਿ ਉਹ ਮਹਿਲਾ ਵਿੰਗ ਦੇ ਸਾਡੇ ਪ੍ਰਧਾਨ ਸੀ ਜ਼ਿਲ੍ਹੇ ਦੇ, ਬਹੁਤ ਸਾਰੇ ਕਾਰਜਕ੍ਰਮ ਕਰਾਏ ਗਏ ਅਤੇ ਪਾਰਟੀ ਦੇ ਵਿੱਚ ਬੜਾ ਉਹਨਾਂ ਦਾ ਵਧੀਆ ਅਕਸ ਸੀਗਾ ਅਤੇ ਅੱਜ ਸਾਰੀ ਪਾਰਟੀ ਨੂੰ ਧੱਕਾ ਲੱਗਿਆ, ਸਾਨੂੰ ਨਿੱਜੀ ਤੌਰ 'ਤੇ ਵੀ ਧੱਕਾ ਲੱਗਿਆ, ਕਿਉਂਕਿ ਭੈਣ ਭਰਾਵਾਂ ਵਾਲਾ ਸਾਡਾ ਰਿਸ਼ਤਾ ਸੀ ਅਤੇ ਬਹੁਤ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਕੰਮ ਕਰ ਰਹੇ ਸੀ, 3 ਸਾਲ ਤੋਂ ਜ਼ਿਲ੍ਹਾ ਪ੍ਰਧਾਨ ਸੀ ਪਾਰਟੀ ਦੇ ਮਹਿਲਾ ਵਿੰਗ ਦੇ, ਅਤੇ ਅੱਜ ਜਿੱਥੇ ਅਸੀਂ ਅਫਸੋਸ ਵੀ ਜ਼ਾਹਿਰ ਕਰਦੇ ਹਾਂ ਤਾਂ ਉੱਥੇ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਪਿੱਛੇ ਪਰਿਵਾਰ ਹੈ ਉਹਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ, ਅਤੇ ਪਾਰਟੀ ਦੇ ਵਿੱਚ ਜੋ ਕਮੀ ਪੈਦਾ ਹੋਈ ਹੈ ਉਹਨਾਂ ਦੇ ਜਾਣ ਦੇ ਨਾਲ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕਾਰਨ ਕਿਵੇਂ ਲੱਗਦੇ ਨੇ, ਕਿਸ ਤਰੀਕੇ ਨਾਲ ਮੌਤ ਹੋਈ ਹੈ, ਕੀ ਕਾਰਨ ਹੈ? ਅਸਲ ਵਿੱਚ ਉਹਨਾਂ ਨੂੰ ਲੰਬੇ ਸਮੇਂ ਤੋਂ ਕੋਈ ਡਿਪਰੈਸ਼ਨ ਦੀ ਪ੍ਰੋਬਲਮ ਚੱਲ ਰਹੀ ਸੀ ਅਤੇ ਕੱਲ੍ਹ ਉਹਨਾਂ ਦੇ ਮਦਰ ਦੇ ਨਾਲ ਫੋਨ ਦੇ ਉੱਪਰ ਗੱਲ ਹੋਈ ਹੈ ਤਾਂ ਉਦੋਂ ਬੜਾ ਫਰਸਟਰੇਟ ਸੀਗੇ, ਉਹ ਡਿਪਰੈਸ਼ਨ ਦੇ ਵਿੱਚ ਸੀਗੇ ਅਤੇ ਕੋਈ ਪਿੱਛੇ ਓਪਰੇਟ ਵੀ ਹੋਇਆ ਸੀ ਉਹਨਾਂ ਨੂੰ, ਅਲਸਰ ਵਗੈਰਾ ਦੀ ਕੋਈ ਪ੍ਰੋਬਲਮ ਸੀਗੀ ਅਤੇ ਦਵਾਈਆਂ ਲੈ ਰਹੇ ਸੀਗੇ, ਉਹਦੇ ਕਾਰਨ ਥੋੜ੍ਹਾ ਡਿਪਰੈਸ਼ਨ ਦੇ ਵਿੱਚ ਚੱਲ ਰਹੇ ਸੀਗੇ ਅਤੇ ਉਦੋਂ ਬਾਅਦ ਅਨਫੋਰਚੁਨੇਟਲੀ ਜੋ ਇੰਸੀਡੈਂਟ ਹੋਇਆ ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਸਾਰਾ, ਪਰ ਜੋ ਹਾਨੀ ਹੋਈ ਹੈ ਉਹ ਕਦੇ ਪੂਰਤੀ ਨਹੀਂ ਹੋ ਸਕਦੀ। ਕੱਲ੍ਹ ਤਕਰੀਬਨ 5:05 'ਤੇ ਮੀਨਾ ਨਾਂ ਦੇ ਪੇਸ਼ੈਂਟ ਸਾਡੇ ਕੋਲ ਐਮਰਜੈਂਸੀ ਵਿੱਚ ਆਈ ਸੀ, ਜਿਹਦੀ ਕਿ ਹਾਲਤ ਕਾਫੀ ਨਾਜ਼ੁਕ ਸੀ। ਰਿਕਾਰਡ ਦੇ ਮੁਤਾਬਕ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਸੀ ਅਤੇ ਸਾਡੇ ਐਮਰਜੈਂਸੀ ਡਾਕਟਰ ਵੱਲੋਂ ਟ੍ਰੀਟਮੈਂਟ ਫਸਟ ਏਡ ਦੇ ਕੇ ਉਸ ਪੇਸ਼ੈਂਟ ਨੂੰ ਪਟਿਆਲਾ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਅਤੇ ਤਕਰੀਬਨ 10 ਵਜੇ ਦੇ ਕਰੀਬ ਇਸੇ ਪੇਸ਼ੈਂਟ ਦੀ ਡੈਡ ਬੋਡੀ ਕੁਛ ਪੁਲਿਸ ਮੁਲਾਜ਼ਮ ਵੱਲੋਂ ਇੱਥੇ ਲਿਆਂਦੀ ਗਈ, ਜਿਹੜੀ ਕਿ ਮੋਰਚਰੀ ਵਿੱਚ ਰਖਾ ਦਿੱਤੀ ਗਈ ਹੈ ਅਤੇ ਅੱਜ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾ ਦਿੱਤਾ ਜਾਏਗਾ, ਜਿਹਦੇ ਕਿ ਮੌਤ ਦੇ ਕਾਰਨਾਂ ਤੋਂ ਜਾਣੂ ਕਰਾ ਦੇਣ। ਚਮਤਕਾਰ ਹੁੰਦੇ ਨੇ, ਵੇਖੋ ਆਪਣੀ ਅੱਖਾਂ ਸਾਹਮਣੇ 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ। ਸੱਤ ਇਲਮਾਂ ਦੇ ਮਾਹਿਰ ਸਲੀਮ ਖਾਨ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ, ਮਨ ਚਾ ਪਿਆਰ, ਪਤੀ ਪਤਨੀ 'ਚ ਅਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਦਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ, ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋ ਮੈਕ, ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ ਸੋਤਨ ਦੁਸ਼ਮਣ ਨੂੰ ਆਪਣੀ ਅੱਖਾਂ ਸਾਹਮਣੇ ਤੜਫਦਾ ਦੇਖੋ, ਅੱਜ ਹੀ ਫੋਨ ਕਰੋ ਤੇ ਸਮਾਧਾਨ ਪਾਓ। ਸਲੀਮ ਖਾਨ, ਮੋਬਾਈਲ ਨੰਬਰ 9521727350।